पाठ 30 ਦੇ ਵਿੱਚ ਮਰਦਾਨੇ ਦਾ ਪ੍ਰਸੰਗ। ਇਹ ਉਪਦੇਸ਼ ਜੋ ਗੁਰੂ ਜੀ ਨੇ ਕੇਵਲ ਪੁਰਖ ਦੇਹੀ ਦੀ ਉੱਤਮਤਾ ਤੇ ਕੀਤੀ ਸੀ, ਸੁਣ ਕੇ ਮਰਦਾਨਾ ਆਖਣ ਲੱਗਾ, ਮਹਾਰਾਜ ਤੁਸੀਂ ਸਾਰੇ ਗ੍ਰੰਥਾਂ ਤੇ ਮੱਤਾਂ ਦੇ ਪ੍ਰਮਾਣ ਦੇ ਕੇ ਦੱਸਿਆ ਹੈ ਕਿ ਪੁਰਖ ਦੇਹੀ ਉੱਤਮ ਹੈ, ਤਾਂ ਹੋਰ ਲੋਕ ਇਸ ਦੀ ਕਦਰ ਕਿਉਂ ਨਹੀਂ ਕਰਦੇ? ਤਾਂ ਉਸ ਵੇਲੇ ਗੁਰੂ ਜੀ ਨੇ ਉੱਤਰ ਨਾ ਦਿੱਤਾ, ਪਰ ਮਰਦਾਨੇ ਦੇ ਭੁੱਖਾ ਕਰਨ 'ਤੇ ਇੱਕ ਲਾਲ ਆਪਣੇ ਪਾਸੋਂ ਉਸ ਨੂੰ ਦਿੱਤਾ ਅਤੇ ਆਖਿਆ, ਜਾ ਇਸ ਸ਼ਹਿਰ ਨੂੰ ਵੇਚ ਕੇ ਜੋ ਖਾਣਾ ਹੈ ਖਾ ਲਈ, ਬਾਕੀ ਗਫਾ ਲੈ ਆਪਣਾ। ਤਾਂ ਉਹ ਸਾਰੇ ਸ਼ਹਿਰ ਵਿੱਚ ਫਿਰਿਆ, ਪਰ ਕਿਸੇ ਨੇ ਮੁੱਲ ਪਾ ਕੇ ਲੈਣ ਦਾ ਹਿਆ ਨਾ ਕੀਤਾ। ਇਤਨੇ ਨੂੰ ਸਾਲਸ ਰਾਏ ਜਵਾਹਰੀ ਮਿਲਿਆ, ਉਸਨੇ ਲਾਲ ਦੀ ਬਹੁਤ ਵਡਿਆਈ ਕੀਤੀ ਅਤੇ 100 ਰੁਪਇਆ ਮਰਦਾਨੇ ਨੂੰ ਦਿੱਤਾ, ਲਾਲ ਵੀ ਨਾ ਰੱਖਿਆ। ਤਾਂ ਮਰਦਾਨਾ ਗੁਰੂ ਜੀ ਦੇ ਪਾਸ ਰੁਪਏ ਲੈ ਗਿਆ ਅਤੇ ਆਖਣ ਲੱਗਾ, ਪਹਿਲਾਂ ਤਾਂ ਕੋਈ ਲੈਂਦਾ ਹੀ ਨਹੀਂ ਸੀ, ਫਿਰ ਇੱਕ ਬੁੱਢੇ ਨੇ 100 ਰੁਪਇਆ ਦਿੱਤਾ ਅਤੇ ਲਾਲ ਵੀ ਮੋੜ ਦਿੱਤਾ। ਸੋ ਤਾਂ ਬਾਬੇ ਨੇ ਆਖਿਆ, ਤੇਰੇ ਪ੍ਰਸ਼ਨ ਦਾ ਉੱਤਰ ਮਿਲਿਆ ਹੀ ਨਹੀਂ, ਵੇਖ ਇਸ ਲਾਲ ਦਾ ਕੋਈ ਮੁੱਲ ਪਾ ਨਹੀਂ ਸਕਦਾ। ਅਤੇ ਜਿਸਨੇ ਪਛਾਣ ਸਿੱਖੀ ਹੋਈ ਹੈ ਉਹ ਇਸ ਦੀ ਕਦਰ ਕੀਤੀ, ਉਸੇ ਤਰ੍ਹਾਂ ਇਸਨੇ ਸਤਸੰਗ ਦੁਆਰ ਪੁਰਖ ਦੇਈ ਦੇ ਗੁਣ ਜਾਤੇ ਹਨ, ਉਹੀ ਫਿਰ ਇਸ ਨੂੰ ਸਫਲ ਕਰਦੇ ਹਨ ਨਹੀਂ, ਅਤੇ ਹੋਰ ਲੋਕ ਇਸ ਨੂੰ ਗਵਾ ਕੇ 84 ਲੱਖ ਜੁਨਾਂ ਵਿੱਚ ਭਟਕਦੇ ਹਨ। ਮਰਦਾਨੇ ਨੇ ਧੰਨ ਸਤਿਗੁਰੂ ਆਖ ਕੇ ਚਰਨ ਚੁੰਮੇ। ਬਾਬੇ ਨੇ ਆਖਿਆ, ਮਰਦਾਨੇ ਜੇ ਉਸਨੇ ਲਾਲ ਹੀ ਨਹੀਂ ਰੱਖਿਆ ਤਾਂ ਉਸਦੇ ਪਾਸੋਂ ਇਹ ਰੁਪਇਆ ਵੀ ਨਹੀਂ ਲੈਣੇ ਚਾਹੀਦੇ, ਜਾ ਕੇ ਮੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।